ਜਿੱਥੇ ਪੂਰੇ ਭਾਰਤ ਦੇ ਵਿੱਚ ਵੱਖ ਵੱਖ ਥਾਵਾਂ 'ਤੇ CAA NRC ਅਤੇ NPR ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੁਣ ਇੱਕ ਨਵੇਂ ਤਰੀਕੇ ਦੇ ਨਾਲ ਇਸ ਬਿੱਲ ਦਾ ਵਿਰੋਧ ਦੇਖਣ ਨੂੰ ਮਿਲਿਆ। ਗੁਜਰਾਤ ਤੋਂ ਕਾਂਗਰਸ ਦੇ MLA ਨੇ ਆਪਣੇ ਖੂਨ ਦੇ ਨਾਲ ਲਿਖ ਕੇ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ। ਅਹਿਮਦਾਬਾਦ ਦੇ ਜਮਾਲਪੁਰ ਖਾਡੀਆਂ ਦੇ MLA ਇਮਰਾਨ ਖੇਡਾਵਾਲਾ ਨੇ ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ ਆਪਣੇ ਖੂਨ ਦੇ ਨਾਲ ਬਾਇਕਾਟ ਲਿਖ ਕੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਉਹ ਗੁਜਰਾਤ ਦੇ ਵਿੱਚ ਇਸ ਬਿੱਲ ਨੂੰ ਲਾਗੂ ਨਹੀਂ ਹੋਣ ਦੇਣਗੇ ਅਤੇ ਇਹਨਾਂ ਬਿੱਲਾਂ ਦਾ ਪੂਰੀ ਤਰ੍ਹਾਂ ਨਾਲ ਬਾਇਕਾਟ ਕਰਨਗੇ। ਸਟਾਰ ਕੈਨੇਡਾ TV ਲਈ ਗੁਜਰਾਤ ਤੋਂ ਸੰਜੇ ਕਮੰਡੇ ਦੀ ਰਿਪੋਰਟ।